ईद उते शौक सानू चढ़िया कुर्बानी दा, कुछ जिम्मेवारी कुछ जोश सी जवानी दा। आप तदबीर असां खुहारी दी कर लई, मंडी विच फिरन दी हमी जदू पर लई। तुरे जदू मंडी वाल बोले घर आले, बकरा ओ लियावी जेड़ा बोले ना चाले। मंडी जदू पहुंचे होए उन्हां दे हवाले, बकरे ते लेले सन आले दवाले। बकरियां ते लेलियां दा मालक वी नाल सी, उच्चा लम्मा कद उतों वखरी जिही चाल सी। मैनू इंज वेखदा सी जिवें मैं शिकार हां, बकरियां दा मंडी विच मैं ही खरीदार। मैं क्या बकरा मैं लैण लई आए हां, उस क्या मैं कोई इत्थे रहण लई आए हां। बकरे मैं वेचणे ने, घर नूं वी जाणा मैं, होर इत्थे बकरियां नूं सबक पढ़ाणा मैं। अपने सवाल ते मैं आप शर्मसार होया, मालक दे नाल गल करन नूं तैयार होया। मैं क्या दसो जरा दो चार बकरे ਹੁਣ ਸਵਾਦ ਵਿੱਚ ਮਜ਼ੇਦਾਰ ਬੱਕਰੇ, ਫਰਜ਼ ਮੇਰੇ ਵੱਲੋਂ ਕੁਰਬਾਨੀ ਦਾ ਲੈ ਜਾਵੇ, ਨਾਲ ਕੁਝ ਗੁਰਬਤ ਤੇ ਪੜਨ ਦਾ ਵੀ ਪੈ ਜਾਵੇ। ਬੱਕਰਾ ਉਹ ਵਖਾਓ ਸੀ ਨੇ ਠੰਡ ਜੋ ਪਾ ਦੇ, ਜਿਹੜਾ ਕੋਈ 20 ਕਿਲੋ ਗੋਸ਼ਤ ਵੀ ਕਢਾ ਦੇ। ਉਸ ਕਿਹਾ ਹੋਣੀ ਹੈ ਤਸੱਲੀ ਹੁਣ ਕਾਫੀ, ਬੱਕਰਾ ਮੈਂ ਦੱਸਣਾ ਹੈ ਜਿਹੜਾ ਇਹ ਸਹਾਫ਼ੀ ਵਿੱਚ ਅਖ਼ਬਾਰ ਦੇ ਲਿਖਦਾ ਲਿਖਾਂਦਾ ਏ, ਨਾਲ ਇੱਕ ਚੈਨਲ ਤੂੰ ਮਾਲ ਵੀ ਕਮਾਂਦਾ ਏ। ਛੋਟੀ ਮੋਟੀ ਚੀਜ਼ਾਂ ਤੇ ਮੈਂ ਨਹੀਂ ਰੱਖਦਾ, ਕੰਮ ਭਾਵੇਂ ਕੱਖ ਦਾ ਬੱਕਰਾ ਏ ਲੱਖ ਦਾ। ਮੈਂ ਕਿਹਾ ਸੱਚ ਦੀ ਇੱਥੇ ਹੁਣ ਰੀਤ ਨਹੀਂ, ਦਿਲ ਵਿੱਚ ਕਦੂਰਤਾ ਨੇ ਪਿਆਰ ਨਹੀਂ ਪ੍ਰੀਤ ਨਹੀਂ, ਬੋਲ ਹੁਣ ਸੱਚ ਵਾਲਾ ਕੌਣ ਇੱਥੇ ਚੱਲਦਾ। ਰੋਗ ਤੇ ਵਸ ਵੀ ਤੇ ਸਾਡਾ ਨਹੀਂ ਚੱਲਦਾ, ਫਿਰ ਇਹਦੇ ਉੱਤੇ ਕਿਸੇ ਗੋਲੀ ਚਲਾਣੀ ਹੈ, ਹੋਣੀ ਕੁਰਬਾਨੀ ਤੂੰ ਪਹਿਲੋਂ ਕੁਰਬਾਨੀ। ਉਸ ਕਿਹਾ ਲਓ ਜੀ ਆਇਆ ਸ਼ਾਹਕਾਰ ਬੱਕਰਾ, ਫੌਜ ਤੋਂ ਰਿਟਾਇਰ ਹੋਇਆ ਸੂਬੇਦਾਰ ਬੱਕਰਾ। ਵੇਖੋ ਨਾ ਤੁਸੀਂ ਇਹਦੇ ਜਿਸਮੇ ਕਲੀਲ ਨੂੰ, ਮੰਨਦਾ ਵੀ ਨਹੀਂ ਹੈ ਤੇ ਕਿਸੇ ਵੀ ਦਲੀਲ ਨੂੰ, ਪੈਨਸ਼ਨ ਵੀ ਲੱਗੀ ਹੈ ਮਾਲਕ ਕਾਰੋਬਾਰ ਦਾ, ਤੁਹਾਡੇ ਲਈ ਇਹ ਬੱਕਰਾ 80,000 ਦਾ। ਮੈਂ ਕਿਹਾ ਇੰਨੀ ਤੇ ਮੇਰੀ ਵੀ ਖਰੀਦ ਨਹੀਂ, ਤੇ ਇਸ ਕੀਮਤ ਬੱਕਰੇ ਮੈਂ ਤੱਕਣੇ ਮਜ਼ੀਦ ਨਹੀਂ, ਥੋੜਾ ਤੁਸੀਂ ਥੱਲੇ ਆਓ ਬੱਕਰਿਆਂ ਦੇ ਰੇਟ ਵਿੱਚ, ਕੋਈ ਹੋਰ ਰਕਮ ਲਿਖੋ ਨਿਰਖ ਦੀ ਸਲੇਟ ਵਿੱਚ, ਦੱਸ ਕੇ ਨਾ ਰਕਮਾਂ ਤੁਸੀਂ ਬੁਰਾ ਹਾਲ ਕਰੋ, ਮੈਂ ਖਰੀਦਾਰ ਹਾਂ ਕੁਝ ਤੇ ਖਿਆਲ ਕਰੋ। ਉਸ ਕਿਹਾ ਵੇਖੋ ਜੀ ਅਪ ਟੂ ਡੇਟ ਬੱਕਰਾ, ਬੱਕਰਿਆਂ ਦੀ ਜਾਣ ਹੈ ਬਿਊਰੋਕਰੇਟ ਬੱਕਰਾ, ਹਰ ਇੱਕ ਮਹਿਕਮੇ ਦਾ ਇਹਨੇ ਪਾਣੀ ਪੀਤਾ ਹੈ, ਇਹਨੇ ਤੇ ਅਫਸਰੀ ਦਾ ਕੋਰਸ ਵੀ ਕੀਤਾ ਹੈ, ਪਲਾਟ ਨੇ ਇਹਦੇ ਸਾਰੇ ਦੋ ਦੋ ਕਨਾਲ ਜੀ, 60,000 ਦਿਓ ਤੇ ਟੋਲਾ ਤੁਹਾਡੇ ਨਾਲ ਜੀ। ਮੈਂ ਕਿਹਾ ਅਫਸਰਾਂ ਦੇ ਹੁੰਦੇ ਨੇ ਨਖਰੇ, ਇੱਕ ਤੇ ਖੁਸ਼ਾਮਦਾ ਹੋਰ ਕੰਮ ਵੱਖਰੇ, ਕੀ ਕੰਮ ਕੋਰਸ ਕੁਰਬਾਨੀ ਵਿੱਚ ਆਣਾ ਹੈ, ਇਸ ਕੋਰਸ ਉੱਤੇ ਇਹਨੇ ਜੰਨਤ ਵੀ ਜਾਣਾ ਹੈ। ਅਫਸਰਾਂ ਨੂੰ ਰਹਿਣ ਦਿਓ, ਆਓ ਆਵਾਮ ਵੱਲ, ਤਾਂ ਜੇ ਤੋੜ ਚੜ ਜਾਵੇ ਮੇਰੀ ਤੇ ਤੁਹਾਡੀ ਗੱਲ। ਉਸ ਕਿਹਾ ਵੇਖੋ ਇਹ ਸਨਅਤਕਾਰ ਬੱਕਰਾ, ਹਕੂਮਤਾਂ ਦੇ ਫੈਸਲੇ ਤੋਂ ਹੋਇਆ ਖਾਰ ਬੱਕਰਾ, ਬਿਜਲੀ ਵੀ ਇਸ ਬੇਚਾਰੇ ਤੋਂ ਨਾਰਾਜ਼ ਹੈ, ਇਸ ਗੱਲ ਉੱਤੇ ਵੀ ਇਹਨੂੰ ਇਤਰਾਜ਼ ਹੈ, ਇਸ ਮਜਬੂਰ ਦਾ ਦਿਲ ਤੇ ਨਾ ਤੋੜੋ, 50,000 ਦਿਓ ਵੱਲ ਬੱਕਰੇ ਨੂੰ ਮੋੜੋ। ਮੈਂ ਕਿਹਾ ਖਾਰ ਨੂੰ ਹੋਰ ਕੀ ਖੁਆਰੀ, ਇਸ ਨੂੰ ਤੂੰ ਲੈ ਆਵੀ ਅਗਲੀ ਵਾਰੀ, ਬਿਜਲੀ ਦਾ ਘਰ ਸਾਡੇ ਕੋਈ ਇੰਤਜ਼ਾਮ ਨਹੀਂ, ਖਾਲੀ ਇਸ ਬੱਕਰੇ ਨੂੰ ਦੇਣਾ ਇਲਜ਼ਾਮ ਨਹੀਂ, ਇਹਦੇ ਉੱਤੇ ਜ਼ੁਲਮ ਮੈਂ ਕਰ ਨਹੀਂ ਸਕਦਾ, ਠੰਡੀਆਂ ਆਵਾਂ ਮੈਂ ਭਰ ਨਹੀਂ ਸਕਦਾ। ਉਸ ਕਿਹਾ ਬੱਕਰਿਆਂ ਦੀ ਆਨ ਸ਼ਾਨ ਬੱਕਰਾ, ਲਓ ਜੀ ਵੇਖੋ ਹੁਣ ਸਿਆਸਤਦਾਨ ਬੱਕਰਾ, ਪਾਰਟੀ ਦਾ ਸਦਰ ਵੀ ਹੈ ਪਾਰਟੀ ਵੀ ਚੰਗੀ, ਬਿਊਰੋਕਰੇਸੀ ਵੀ ਸਾਰੇ ਇਹਦੇ ਸੰਗੀ, ਹੋਰ ਕਿਹੜਾ ਜੋੜ ਹੋਵੇ ਇਸ ਸਰਕਾਰ ਦਾ, ਤੁਹਾਡੇ ਲਈ ਇਹ ਬੱਕਰਾ 40,000 ਦਾ। ਮੈਂ ਕਿਹਾ ਇਹਨਾਂ ਹੀ ਤੇ ਪਾਤ ਸਾਰੀ ਪੱਟੀ ਹੈ, ਨਵੇਂ ਨਵੇਂ ਲੋਕ ਤੇ ਉਹੀ ਇੱਕੋ ਹੱਟੀ ਹੈ, ਹਰ ਵਾਰੀ ਇਹਨਾਂ ਸਾਨੂੰ ਧੋਖੇ ਹੀ ਦਿੱਤੇ ਨੇ, ਕੀਤੀਆਂ ਦੇ ਫਲ ਫਿਰ ਆਪ ਅਸੀਂ ਲਿੱਤੇ ਨੇ। ਮੇਰੇ ਇਸ ਕਾਰ ਨੂੰ ਮੁਲਕ ਨਾ ਬਣਾ ਲਓ, ਮੈਨੂੰ ਇਸ ਸਿਆਸਤਦਾਨ ਬੱਕਰੇ ਤੋਂ ਬਚਾ ਲਓ। ਉਸ ਕਿਹਾ ਅਕਲ ਤੇ ਸਮਝਦਾਰ ਬੱਕਰਾ, ਲਓ ਜੀ ਹੁਣ ਆ ਗਿਆ ਲੈਕਚਰਾਰ ਬੱਕਰਾ, ਚੰਗੇ ਉਸਤਾਦਾਂ ਵਿੱਚ ਇਸ ਦਾ ਸ਼ੁਮਾਰ ਹੈ, ਬੱਕਰਿਆਂ ਦੀ ਅੰਜਮਨ ਦਾ ਇਹ ਸਰਦਾਰ ਹੈ, ਬੱਕਰਿਆਂ ਦੀ ਇੱਕ ਯੂਨੀਵਰਸਿਟੀ ਪੜ੍ਹਾਉਂਦਾ ਹੈ, ਇਹਦਾ ਮੈਨੂੰ ਛੱਡ ਕੇ ਹਲਾਲ ਕਮਾਉਂਦਾ ਹੈ। ਮੈਂ ਕਿਹਾ ਹੋਰ ਇੱਥੇ ਬੱਕਰਿਆਂ ਦੀ ਥੋੜ੍ਹ ਹੈ, ਸਾਨੂੰ ਇਹ ਮਾਸਟਰ ਲੈਣ ਦੀ ਕੀ ਲੋੜ ਹੈ, ਘਰ ਵਿੱਚ ਜਾ ਕੇ ਤੇ ਉੱਚਾ ਉੱਚਾ ਬੋਲੇਗਾ, ਤੱਕ ਤੱਕ ਕਰਦਾ ਹੈ ਦਿਲ ਮੇਰਾ ਹੋਲੇਗਾ, ਫਿਰ ਉਹ ਤੂੰ ਇਹਨੇ ਓਵਰ ਟਾਈਮ ਮੰਗ ਲੈਣਾ ਹੈ, ਮੇਰੇ ਜੇ ਗਰੀਬ ਨੇ ਉਹ ਕਿੱਥੋਂ ਦੇਣਾ ਹੈ। ਉਸ ਕਿਹਾ ਲਓ ਹੁਣ ਮੁੱਕ ਗਈ ਦਲੀਲ ਜੀ, ਮੈਂ ਦੱਸਾਂ ਹੁਣ ਜਿਹੜਾ ਬੱਕਰਾ ਵਕੀਲ ਜੀ, ਸਦਰ ਇਹ ਬੱਕਰਿਆਂ ਦੀ ਵੱਡੀ ਜਿਹੀ ਬਾਰ ਦਾ, ਜੱਜਾਂ ਦੇ ਜਲਸੇ ਚ ਨਾਰੇ ਵੀ ਇਹ ਮਾਰਦਾ, ਸੰਗੀਆਂ ਦੇ ਵਿੱਚ ਪਿਆਜ ਤਾਂ ਕਮਾਉਂਦਾ ਏ, ਇਹ ਤੇ ਯੋਮੇ ਸਿਆ ਵੀ ਮਨਾਉਂਦਾ ਏ। ਮੈਂ ਕਿਹਾ ਕਰਾਂ ਕਿ ਮੈਂ ਕਾਲਾ ਕੋਟ ਬੱਕਰਾ, ਜ਼ਾਇਆ ਕਰੇਗਾ ਮੇਰੇ ਸਭ ਨੋਟ ਬੱਕਰਾ, ਮਹੱਲੇ ਵਿੱਚ ਜਾ ਕੇ ਤੇ ਬਾਰ ਇੱਕ ਬਣਾਏਗਾ, ਬੜੀ ਈਦ ਉੱਤੇ ਤੇ ਜਲਸਾ ਕਰਾਏਗਾ, ਮੇਰੀ ਕੁਰਬਾਨੀ ਇਹ ਤਬਾਹ ਕਰ ਦੇਵੇਗਾ, ਈਦ ਨੂੰ ਇਹ ਯੋਮੇ ਸਿਆ ਕਰ ਦੇਵੇਗਾ। ਉਸ ਕਿਹਾ ਵੇਖੋ ਹੁਣ ਇਹ ਅਜ਼ੀਮ ਬੱਕਰਾ, ਵੱਧ ਕੇ ਡਾਕਟਰਾਂ ਤੋਂ ਇਹ ਹਕੀਮ ਬੱਕਰਾ, ਮਾਇਰ ਤੇ ਜਨਾਬ ਇਹ ਲੌਂਗ ਜ਼ਾਫਰਾਨ ਦਾ, ਨਾਲ ਇਹਨੂੰ ਚਸਕਾ ਸੁਪਾਰੀ ਵਾਲੇ ਪਾਨ ਦਾ, ਯੂਨਾਨ ਦੇ ਬੱਕਰੇ ਤੋਂ ਹਿਕਮਤ ਨੇ ਸਿੱਖੀਏ ਤੇ ਬੱਕਰਿਆਂ ਦੀ ਸਿਹਤ ਤੇ ਕਿਤਾਬ ਵੀ ਲਿਖੀ ਹੈ। ਮੈਂ ਕਿਹਾ ਹਿਕਮਤ ਦਾ ਮੈਂ ਚਾਰ ਪਾਵਾਂ, ਕੋਈ ਦੱਸੇ ਰੱਬਾ ਮੈਨੂੰ ਮੈਂ ਕਿੱਥੇ ਜਾਵਾਂ, ਘਰ ਵਾਲੇ ਮੇਰੇ ਤਦ ਮਾਰਨਗੇ ਚੀਕਾਂ,
ਜਾ ਜਾ ਸੁੱਟੇਗਾ ਇਹ ਪਾਨ ਦੀਆਂ ਪੀਕਾਂ, ਮੇਰੇ ਘਰ ਕੋਈ ਪੁੱਠਾ ਸਿੱਧਾ ਬੋਲ ਦੇਗਾ, ਬਸ ਏਦਾਂ ਚੱਲਿਆ ਤੇ ਮਤਲਬ ਖੋਲ ਦੇਗਾ। ਉਸ ਕਿਹਾ ਬੱਕਰੀਆਂ ਦੀ ਸਾਜ ਧਜ ਬੱਕਰਾ, ਬੱਕਰੀਆਂ ਦੀ ਮੰਡੀ ਦਾ ਇਹ ਜੱਜ ਬੱਕਰਾ, ਇਸ ਨਾਲ ਬਹਿਸ ਤੇ ਕਰਨੀ ਬੇਕਾਰ ਹੈ, ਇਹਦੀ ਹਰ ਗੱਲ ਤੁਹਾਨੂੰ ਮੰਨੀ ਸਰਕਾਰ ਹੈ, ਸਾਰੇ ਹੀ ਕੇਸ ਇਹਨੇ ਹੱਲ ਕਰ ਛੱਡੇ ਨੇ, ਬੱਕਰੇ ਵੀ ਬੰਦ ਇਹਨੇ ਕੱਲ ਕਰ ਛੱਡੇ ਨੇ। ਮੈਂ ਕਿਹਾ ਸੰਗੇ ਤੁਸੀਂ ਬੱਕਰੇ ਵਿਖਾਉਂਦੇ ਹੋ, ਮੈਨੂੰ ਇੰਜ ਲੱਗਦਾ ਹੈ ਤੁਸੀਂ ਪਈ ਡਰਾਉਂਦੇ ਹੋ। ਮੈਂ ਕਿਹਾ ਚੰਗੇ ਤੁਸੀਂ ਬੱਕਰੇ ਵਿਖਾਉਂਦੇ ਹੋ, ਮੈਨੂੰ ਇੰਜ ਲੱਗਦਾ ਹੈ ਤੁਸੀਂ ਪਈ ਡਰਾਉਂਦੇ ਹੋ। ਬੱਕਰਾ ਮੈਂ ਜਦ ਵੀ ਲਟਾਇਆ ਜੇ ਜ਼ਮੀਨ ਤੇ, ਮਿਲਣਾ ਹੈ ਨੋਟਿਸ ਮੈਨੂੰ ਜੱਜ ਦੀ ਤੋਹੀਨ ਤੇ, ਪੇਸ਼ੀਆਂ ਨੀ ਭੁਗਤਣੀਆਂ, ਈਦ ਮਨਾਣੀ ਹੈ, ਕੁਝ ਰਹਿਮ ਕਰੋ, ਤੁਹਾਡੀ ਵੱਡੀ ਮਿਹਰਬਾਨੀ ਹੈ। ਉਸ ਕਿਹਾ ਟਾਈਮ ਇੱਥੇ ਬੜਾ ਤੂੰ ਇਹ ਲਾਇਆ, ਬੱਕਰਾ ਤੇ ਇੱਕ ਵੀ ਪਸੰਦ ਨਹੀਂ ਆਇਆ, ਮੈਨੂੰ ਇੰਜ ਲੱਗਦਾ ਹੈ ਤੂੰ ਇਹ ਰਿਆਇਆ, ਦਿਨ ਵਿੱਚ ਇਹ ਖਿਆਲ ਤੂੰ ਕਿਉਂ ਇਹ ਲਾਇਆ, ਹਰ ਇੱਕ ਕੁੱਕੜ ਤੇ ਕਰ ਕੁਰਬਾਨੀ, ਮੇਰੀ ਜਾਨ ਛੱਡ ਦੇ ਤੇਰੀ ਮਿਹਰਬਾਨੀ। ਮੈਂ ਕਿਹਾ ਗੱਲ ਤੇਰੀ ਸੁਲਾਹ ਨੇ ਠੀਕ ਹੈ, ਮੈਨੂੰ ਵੀ ਹੁਣ ਕਿਸੇ ਫਤਵੇ ਦੀ ਡੀਕ ਹੈ, ਗੱਲ ਭਾਵੇਂ ਸੱਚੀ ਹੈ ਗੱਲ ਰੁਸਵਾਈ ਦੀ, ਬੱਕਰਿਆਂ ਅੱਗੇ ਮੈਂ ਤੇ ਬੇਇੱਜ਼ਤੀ ਕਰਾਈ ਜੀ, ਤੁਸੀਂ ਵੀ ਬਖਸ਼ ਦਿਓ ਬੱਕਰਿਆਂ ਨਾਲੇ, ਤੁਸੀਂ ਵੀ ਤੇ ਬੱਕਰੇ ਵੀ ਰੱਬ ਦੇ ਹਵਾਲੇ। ਸੱਜਣੋ ਤੇ ਬੇਲੀਓ ਗੱਲ ਮੈਨੂੰ ਦੱਸੋ, ਮੇਰੇ ਇਸ ਮਸਲੇ ਦਾ ਹੱਲ ਮੈਨੂੰ ਦੱਸੋ, ਸੱਚ ਦੱਸੋ ਮੇਰੀ ਉਹਨਾਂ ਅੱਗੇ ਕੀ ਔਕਾਤ ਸੀ, ਲੈ ਵੀ ਜੇ ਆਂਦਾ ਤੇ ਹੋਣੀ ਮੇਰੀ ਮਾਤ ਸੀ, ਇਸ ਗੱਲੇ ਮੁੜ ਆਇਆ ਲੈ ਕੇ ਹੱਥ ਖਾਲੀ, ਨਹੀਂ ਤੇ ਬਜਾਂਦਾ ਮੈਂ ਈਦ ਉੱਤੇ ਤਾਲੀ, ਨਹੀਂ ਤੇ ਬਜਾਂਦਾ ਮੈਂ ਈਦ ਉੱਤੇ ਤਾਲੀ।